ਤੁਹਾਡਾ ਮੇਰੇ ਚੈਨਲ ਉੱਪਰ ਸਵਾਗਤ ਹੈ ਬੱਚੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਕਲਾਸ 7th ਦੀ ਇੰਗਲਿਸ਼ ਦਾ ਲੈਸਨ ਨੰਬਰ 5 ਦ ਹੰਟਰ ਐਂਡ ਦ ਡੀਅਰ ਹੰਟਰ ਮੀਨਸ ਸ਼ਿਕਾਰੀ ਜਿਹੜੇ ਸ਼ਿਕਾਰ ਕਰਦੇ ਨੇ ਡੀਅਰ ਮੀਨਸ ਹਿਰਨ ਬੱਚੋ ਇੱਕ ਪੋਇਮ ਹੈ ਇੱਕ ਕਵਿਤਾ ਹੈ ਇੱਕ ਸ਼ਿਕਾਰੀ ਦੀ ਅਤੇ ਇੱਕ ਹਿਰਨ ਦੀ ਇੱਕ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਜੰਗਲ ਵਿੱਚ ਜਾਂਦਾ ਹੈ ਉੱਥੇ ਉਸਨੂੰ ਉਸਦਾ ਸ਼ਿਕਾਰ ਹਿਰਨ ਵੀ ਮਿਲ ਜਾਂਦਾ ਹੈ ਲੇਕਿਨ ਫਿਰ ਵੀ ਉਹ ਆਪਣਾ ਜਿਹੜਾ ਮਨ ਹੈ ਆਪਣਾ ਇਰਾਦਾ ਬਦਲ ਕੇ ਵਾਪਸ ਸ਼ਿਕਾਰ ਕੀਤੇ ਬਿਨਾਂ ਹੀ ਘਰ ਆ ਜਾਂਦਾ ਹੈ ਚਲੋ ਇਸ ਪੋਇਮ ਨੂੰ ਪੜ੍ਹਦੇ ਹਾਂ ਕਿ ਸ਼ਿਕਾਰੀ ਦੇ ਮਨ ਵਿੱਚ ਕੀ ਆਇਆ ਜੋ ਬਿਨਾਂ ਸ਼ਿਕਾਰ ਕੀਤਿਆਂ ਹੀ ਵਾਪਸ ਆ ਗਿਆ ਪਰ ਇਸ ਪੋਇਮ ਨੂੰ ਪੜ੍ਹਨ ਤੋਂ ਪਹਿਲੇ ਅਸੀਂ ਇਸਦੇ ਨਿਊ ਵਰਡਸ ਕਰਾਂਗੇ ਨਿਊ ਵਰਡਸ ਹੈ ਜਰਨੀ ਮੀਨਸ ਯਾਤਰਾ ਡੋ ਮੀਨਸ ਡੀ ਓ ਈ ਮੀਨਸ ਹਿਰਨੀ ਪਲੇ ਮੀਨਸ ਪੀ ਐੱਲ ਈ ਏ ਦਾ ਮਤਲਬ ਹੈ ਬੇਨਤੀ ਕਰਨਾ ਫੌਨ ਮੀਨਸ ਕੱਚੇ ਪੀਲੇ ਰੰਗ ਦਾ ਬਕ ਮੀਨਸ ਹਿਰਨ ਹਿਰਨ ਨੂੰ ਬਕ ਵੀ ਕਹਿੰਦੇ ਨੇ ਬੀਸਟ ਮੀਨਸ ਰਾਕਸ਼ਸ ਤਾਂ ਚਲੋ ਸ਼ੁਰੂ ਕਰਦੇ ਹਾਂ ਦ ਹੰਟਰ ਵੈਂਟ ਔਨ ਏ ਜਰਨੀ ਟੂ ਫਾਇੰਡ ਸਮ ਡੀਅਰ ਮੀਟ ਇੱਕ ਸ਼ਿਕਾਰੀ ਜੰਗਲ ਵਿੱਚ ਜਾਂਦਾ ਹੈ ਸ਼ਿਕਾਰ ਕਰਨ ਵਾਸਤੇ ਹਿਰਨ ਦੇ ਮੀਟ ਦਾ ਹੀ ਸਾਏ ਬਕ ਐਂਡ ਲੁਕਡ ਇਨ ਟੂ ਹਿਸ ਆਈਜ਼ ਉਹ ਜੰਗਲ ਵਿੱਚ ਕੀ ਦੇਖਦਾ ਹੈ ਇੱਕ ਹਿਰਨ ਅਤੇ ਹਿਰਨ ਦੀਆਂ ਅੱਖਾਂ ਵਿੱਚ ਦੇਖਦਾ ਹੈ ਹੀ ਸਾਏ ਪਲੇ ਦ ਬਕ ਬੈਗਿੰਗ ਫੋਰ ਹਿਸ ਲਾਈਫ ਪਲੇ ਮੀਨਸ ਬੇਨਤੀ ਕਰਨਾ ਬੈਗਿੰਗ ਮੀਨਸ ਭਿੱਖਿਆ ਮੰਗਣਾ ਯਾਨੀ ਕਿ ਭੀਖ ਮੰਗਣਾ ਉਹ ਦੇਖਦਾ ਹੈ ਹਿਰਨ ਦੀਆਂ ਅੱਖਾਂ ਵਿੱਚ ਕਿ ਜਿਵੇਂ ਉਹ ਬੇਨਤੀ ਕਰ ਰਿਹਾ ਹੋਵੇ ਆਪਣੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਹੋਵੇ ਇਹ ਡੋ ਐਂਡ ਏ ਫੌਨ ਕੇਮ ਫਰੋਮ ਬਿਹਾਇੰਡ ਡੋ ਮੀਨਸ ਹਿਰਨੀ ਫੌਨ ਮੀਨਸ ਕੱਚੇ ਪੀਲੇ ਰੰਗ ਦੀ ਇੱਕ ਹਿਰਨੀ ਜੋ ਕਿ ਕੱਚੇ ਪੀਲੇ ਰੰਗ ਦੀ ਪਿੱਛੋਂ ਦੀ ਆਉਂਦੀ ਹੈ ਨੀਡਿੰਗ ਦਾ ਬਕ ਇਨ ਦੇਅਰ ਲਾਈਵਸ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਕਹਿ ਰਹੀ ਹੋਵੇ ਕਿ ਉਸ ਨੂੰ ਹਿਰਨ ਦੀ ਜ਼ਰੂਰਤ ਹੈ ਨੈਕਸਟ ਹੈ ਦ ਹੰਟਰ ਨਿਊ ਵਟ ਹੀ ਕੇਮ ਫੋਰ ਐਂਡ ਰੇਜ਼ਡ ਹਿਸ ਗਨ ਰੇਜ਼ਡ ਹੁੰਦਾ ਕਿ ਉੱਪਰ ਨੂੰ ਚੱਕਣਾ ਜਿਹੜਾ ਸ਼ਿਕਾਰੀ ਸੀ ਉਹ ਇਹ ਜਾਣਦਾ ਸੀ ਕਿ ਉਹ ਜੰਗਲ ਵਿੱਚ ਕੀ ਕਰਨ ਆਇਆ ਹੈ ਅਤੇ ਉਹ ਆਪਣੀ ਜਿਹੜੀ ਬੰਦੂਕ ਹੈ ਉਸਨੂੰ ਉੱਪਰ ਚੁੱਕ ਲੈਂਦਾ ਹੈ ਬਟ ਆਊਟ ਆਫ ਨੋਵੇਅਰ ਹੀ ਸੌ ਦਾ ਬਕ ਸਨ ਲੇਕਿਨ ਜਿਸ ਤਰ੍ਹਾਂ ਹੀ ਉਹ ਆਪਣਾ ਸ਼ਿਕਾਰ ਕਰਨ ਲੱਗਦਾ ਵਾ ਉਹ ਹਿਰਨ ਦੇ ਪੁੱਤਰ ਨੂੰ ਦੇਖ ਲੈਂਦਾ ਹੈ ਇਟ ਵਾਜ਼ ਕਿਊਟ ਟੂ ਸੇ ਦਾ ਲੀਸਟ ਜਿਹੜਾ ਹਿਰਨ ਦਾ ਪੁੱਤਰ ਸੀ ਉਹ ਬੜਾ ਹੀ ਪਿਆਰਾ ਸੀ ਐਂਡ ਇਫ ਹੀ ਕਿਲ ਦਾ ਬਕ ਹੀ ਵੁੱਡ ਫੀਲ ਲਾਈਕ ਏ ਬੀਸਟ ਅਤੇ ਸ਼ਿਕਾਰੀ ਸੋਚਦਾ ਹੈ ਕਿ ਅਗਰ ਉਹ ਹਿਰਨ ਨੂੰ ਮਾਰ ਦੇਵੇਗਾ ਤਾਂ ਹਿਰਨ ਦਾ ਪੁੱਤਰ ਸੋਚੇਗਾ ਕਿ ਸ਼ਿਕਾਰੀ ਰਾਕਸ਼ਸ ਹੈ ਕਿਲਡ ਮੀਨਸ ਮਾਰਨਾ ਬੀਸਟ ਮੀਨਸ ਰਾਕਸ਼ਸ ਦ ਹੰਟਰ ਲੁੱਕ ਐਟ ਦ ਡੀਅਰ ਅਗੇਨ ਜਿਹੜਾ ਸ਼ਿਕਾਰੀ ਹੈ ਉਹ ਦੁਬਾਰਾ ਹਿਰਨ ਵੱਲ ਦੇਖਦਾ ਹੈ ਲੁਕਡ ਮੀਨਸ ਦੇਖਣਾ ਐਂਡ ਸਮਥਿੰਗ ਗ੍ਰਿਊ ਇਨ ਹਿਮ ਅਤੇ ਕੁਛ ਆਪਣੇ ਦਿਮਾਗ ਵਿੱਚ ਸੋਚਦਾ ਹੈ ਹੀ ਗੈਦਰ ਸਮ ਨਟਸ ਐਂਡ ਫੀਡ ਦ ਡੀਅਰ ਗੈਦਰ ਮੀਨਸ ਇਕੱਠੇ ਕਰਨਾ ਫਿਰ ਮੀਨਸ ਖਿਲਾਉਣਾ ਉਹ ਕੁਛ ਜਿਹੜੇ ਜੰਗਲ ਦੇ ਵਿੱਚੋਂ ਨਟਸ ਇਕੱਠੇ ਕਰਦਾ ਹੈ ਅਤੇ ਹਿਰਨ ਨੂੰ ਖਵਾਉਂਦਾ ਹੈ ਐਂਡ ਹੀ ਫੈਲਟ ਦ ਡੀਅਰਸ ਲੈਕ ਆਫ ਫੀਅਰ ਅਤੇ ਜਿਹੜਾ ਸ਼ਿਕਾਰੀ ਆ ਉਹ ਮਹਿਸੂਸ ਕਰਦਾ ਹੈ ਕਿ ਜਿਹੜਾ ਹਿਰਨ ਹੈ ਉਹਦਾ ਡਰ ਹੁਣ ਖਤਮ ਹੋ ਰਿਹਾ ਹੈ ਲੈਕ ਆਫ ਫੀਅਰ ਮੀਨਸ ਲੈਕ ਘਟਣਾ ਫੀਅਰ ਮੀਨਸ ਡਰ ਅਤੇ ਫੈਲਟ ਮੀਨਸ ਮਹਿਸੂਸ ਕਰਨਾ ਸ਼ਿਕਾਰੀ ਕੀ ਮਹਿਸੂਸ ਕਰਦਾ ਹੈ ਕਿ ਜਿਹੜਾ ਹਿਰਨ ਦਾ ਡਰ ਹੈ ਉਹ ਹੁਣ ਖਤਮ ਹੋ ਰਿਹਾ ਹੈ ਹੀ ਸਮਾਈਲਡ ਏ ਗ੍ਰੇਟ ਬਿੱਗ ਸਮਾਈਲ ਅਤੇ ਇਹ ਦੇਖ ਕੇ ਜਿਹੜੇ ਸ਼ਿਕਾਰੀ ਦੀ ਸਮਾਈਲ ਸੀ ਇੱਕ ਬੜੀ ਹੀ ਵੱਡੀ ਸਮਾਈਲ ਦੇ ਵਿੱਚ ਬਦਲ ਜਾਂਦੀ ਹੈ ਮਤਲਬ ਕਿ ਅੰਦਰੋਂ ਬਹੁਤ ਖੁਸ਼ ਹੁੰਦਾ ਹੈ ਹੀ ਸਟੇਡ ਵਿਦ ਦ ਡੀਅਰ ਫੋਰ ਏ ਵਾਈਲ ਉਹ ਥੋੜ੍ਹਾ ਹੋਰ ਸਮਾਂ ਉਸ ਹਿਰਨ ਦੇ ਨਾਲ ਬਿਤਾਉਂਦਾ ਹੈ ਅਤੇ ਉਸਦੇ ਕੋਲ ਰਹਿੰਦਾ ਹੈ ਸਟੇ ਮੀਨਸ ਰੁਕ ਜਾਣਾ ਐਂਡ ਹੀ ਵੈਂਟ ਹੋਮ ਫੀਲਿੰਗ ਗ੍ਰੇਟ ਅਤੇ ਸ਼ਿਕਾਰੀ ਫਿਰ ਆਪਣੇ ਘਰ ਚਲਾ ਜਾਂਦਾ ਹੈ ਇੱਕ ਬੜੀ ਹੀ ਵਧੀਆ ਫੀਲਿੰਗ ਦੇ ਨਾਲ ਬੜਾ ਹੀ ਵਧੀਆ ਮਹਿਸੂਸ ਕਰਦਾ ਹੋਇਆ ਅਤੇ ਬੱਚਿਓ ਇਹ ਸੀ ਸਾਡੀ ਪੋਇਮ ਦ ਹੰਟਰ ਐਂਡ ਦ ਡੀਅਰ ਅਸੀਂ ਇਸ ਦੀ ਐਕਸਰਸਾਈਜ਼ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ
प्लीज़ मेरे चैनल नूं लाइक ते सब्सक्राइब जरूर करो।